हेलो स्टूडेंट्स इन दिस लेक्चर वी डिस्कस रिटर्न टू ए फैक्टर लॉ ऑफ वेरिएबल प्रोपोर्शन के थ्री डिफरेंट फेजेस आ फर्स्ट इज़ इनक्रीजिंग रिटर्न टू ए फैक्टर सैकेंड वन इज़ कॉन्सटेंट रिटर्नस टू ए फैक्टर एंड थर्ड इज डिमिनिशिंग रिटर्न टू ए फैक्टर फस्ट वी डिस्कस इनक्रीजिंग रिटर्न टू ए फैक्टर इनक्रीजिंग रिटर्न टू फैक्टर की शो करता कि जो असी फिक्सड फैक्टर के नाल वेरीएबल फैक्टर की ਨੂੰ ਜ਼ਿਆਦਾ ਇਨਕਰੀਜ਼ ਕਰਦੇ ਜਾਂਦੇ ਆ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨ ਦੇ ਲਈ then ਜਿਹੜਾ ਪ੍ਰੋਡਕਸ਼ਨ ਆ ਟੋਟਲ ਆਉਟਪੁੱਟ ਆ ਉਹ ਇਨਕਰੀਜ਼ਿੰਗ ਰੇਟ ਦੇ ਉੱਪਰ ਇਨਕਰੀਜ਼ ਕਰਦਾ ਆ ਇਨਕਰੀਜ਼ਿੰਗ ਰਿਟਰਨ ਟੂ ਫੈਕਟਰ ਰੈਫਰਸ ਟੂ ਦੀ ਸਿਚੁਏਸ਼ਨ ਇਨ ਵਿੱਚ ਟੋਟਲ ਆਉਟਪੁੱਟ ਟੈਂਡਸ ਟੂ ਇਨਕਰੀਜ਼ ਐਟ ਦੀ ਇਨਕਰੀਜ਼ਿੰਗ ਰੇਟ ਵੈਨ ਮੋਰ ਆਫ ਦੀ ਵੇਰੀਏਬਲ ਫੈਕਟਰ ਇਸ ਕੰਬਾਈਨਡ ਵਿਦ ਦੀ ਫਿਕਸਡ ਫੈਕਟਰ ਦੈਟ ਮੀਨਸ ਕਿ ਜਦੋਂ ਫਿਕਸਡ ਫੈਕਟਰ ਦੇ ਨਾਲ ਵੇਰੀਏਬਲ ਫੈਕਟਰਸ ਦੀ ਕੁਆਂਟੀਟੀ ਨੂੰ ਜ਼ਿਆਦਾ ਇਨਕਰੀਜ਼ ਕੀਤਾ ਜਾਂਦਾ ਆ ਦੈਨ ਟੋਟਲ ਆਉਟਪੁੱਟ ਜਿਹੜਾ ਇਨਕਰੀਜ਼ ਕਰਦਾ ਉਹ ਇਨਕਰੀਜ਼ਿੰਗ ਰੇਟ ਤੇ ਇਨਕਰੀਜ਼ ਕਰਦਾ ਉਸ ਨੂੰ ਬੋਲਿਆ ਜਾਂਦਾ ਹੈ ਇਨਕਰੀਜ਼ਿੰਗ ਰਿਟਰਨ ਟੂ ਅ ਫੈਕਟਰ ਇਸ ਟੇਬਲ ਦੇ ਵਿੱਚ ਯੂਨਿਟਸ ਆਫ ਲੇਬਰ ਐਂਡ ਯੂਨਿਟਸ ਆਫ ਕੈਪੀਟਲ ਯੂਨਿਟਸ ਆਫ ਕੈਪੀਟਲ ਕੀ ਹੈ ਫਿਕਸਡ ਫੈਕਟਰ ਕੀ ਚੇਂਜ ਨਹੀਂ ਹੁੰਦੇ ਯੂਨਿਟਸ ਆਫ ਲੇਬਰ ਕੀ ਹੈ ਇਸ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ ਜੋ ਰਸੀ ਫਿਕਸਡ ਫੈਕਟਰ ਦੇ ਨਾਲ 1 ਲੇਬਰ ਨੂੰ ਯੂਜ਼ ਕਰਦੇ ਆ ਮਾਰਜਨਲ ਪ੍ਰੋਡਕਟ ਕਿੰਨਾ ਹੁੰਦਾ 4 दैट मींस ਟੋਟਲ ਪ੍ਰੋਡਕਟ ਵੀ ਕਿੰਨਾ ਹੋਏਗਾ 4 ਜਦੋਂ ਫਿਕਸਡ ਫੈਕਟਰ ਦੇ ਨਾਲ ਅਸੀਂ ਇੱਕ ਵੇਰੀਏਬਲ ਫੈਕਟਰ ਦੀ ਇੱਕ ਐਕਸਟਰਾ ਯੂਨਿਟ ਨੂੰ ਯੂਜ਼ ਕਰਦੇ ਆ ਪ੍ਰੋਡਕਸ਼ਨ ਤੇ ਲਈ ਥੈਨ ਜਿਹੜਾ ਟੋਟਲ ਪ੍ਰੋਡਕਟ ਵਿੱਚ ਇਨਕਰੀਸ ਕਿੰਨਾ ਹੁੰਦਾ 6 दैट मींस ਇੱਕ ਐਕਸਟਰਾ ਲੇਬਰ ਲਗਾਉਣ ਦੇ ਨਾਲ ਟੋਟਲ ਪ੍ਰੋਡਕਟ ਟੋਟਲ ਪ੍ਰੋਡਕਟ ਦੇ ਵਿੱਚ ਇਨਕਰੀਸ ਕਿੰਨਾ ਹੋਇਆ ਥੈਟ ਮੀਨ 6 ਯੂਨਿਟ ਥੈਟ ਮੀਨ 4 6 10 ਟੋਟਲ ਪ੍ਰੋਡਕਟ ਕਿੰਨਾ ਹੋ ਗਿਆ 10 ইউনিটস ਜਦੋਂ ਅਸੀਂ 3rd ਲੇਬਰ ਯੂਜ਼ ਕਰਦੇ ਹਾਂ ਤੇ ਟੋਟਲ ਪ੍ਰੋਡਕਟ ਵਿੱਚ ਇਨਕਰੀਜ਼ ਆਉਂਦਾ 8 दैट मींस ਹੋਰ ਇਨਕਰੀਜ਼ ਹੋਇਆ ਟੋਟਲ ਪ੍ਰੋਡਕਟ ਪਹਿਲਾਂ ਇੱਕ ਲੇਬਰ ਇੱਕ ਲੇਬਰ ਨਾਲ ਦੇ ਨਾਲ 4 ਟੋਟਲ ਪ੍ਰੋਡਕਟ ਸੀ ਦੂਰੋਂ ਦੋ ਲੇਬਰ ਆਏ ਟੋਟਲ ਪ੍ਰੋਡਕਟ ਕਿੰਨਾ ਹੋ ਗਿਆ 10 दैट मींस ਅਗਰ ਇੱਕ ਲੇਬਰ ਨਾਲ 4 ਅਗਰ ਦੋ ਦੇ ਨਾਲ 8 ਹੁੰਦਾ ਉਹ ਕੀ ਕਨਸਟੈਂਟ ਰਿਟਰਨ ਬਟ ਸੈਕਿੰਡ ਲੇਬਰ ਨਾ ਲਗਾਉਣ ਦੇ ਨਾਲ ਜਿਹੜਾ ਪ੍ਰੋਡਕਸ਼ਨ ਇਨਕਰੀਜ਼ ਹੋਇਆ ਜ਼ਿਆਦਾ ਇਨਕਰੀਜ਼ ਹੋਇਆ ਠੀਕ ਹੈ ਉਸ ਦੇ ਨਾਲ दैट मींस ਕਿ ਜਿਹੜਾ ਪ੍ਰੋਡਕਟ ਇਨਕਰੀਜ਼ ਹੋ ਰਿਹਾ ਟੋਟਲ ਪ੍ਰੋਡਕਟ ਉਹ ਇਨਕਰੀਜ਼ਿੰਗ ਰੇਟ ਤੇ ਹੋ ਰਿਹਾ ਜਦੋਂ फोर्थ ਲੇਬਰ ਯੂਜ਼ ਕਰਦੇ ਹਾਂ ਕਨਸਟੈਂਟ ਫਿਕਸਡ ਫੈਕਟਰ ਦੇ ਨਾਲ ਟੋਟਲ ਪ੍ਰੋਡਕਟ ਵਿੱਚ ਚੇਂਜ ਕਿੰਨਾ ਆਉਂਦਾ 댓 ਇਜ਼ 10 ਯੂਨਿਟਸ ਫਿਫਥ ਯੂਨਿਟਸ ਆਫ ਲੇਬਰ ਨੂੰ ਲਗਾਉਂਦੇ ਆ ਕਿ ਫਿਫਥ ਯੂਨਿਟ ਆਫ ਲੇਬਰ ਲਗਾਉਣ ਦੇ ਨਾਲ ਪ੍ਰੋਡਕਸ਼ਨ ਵਿੱਚ ਇਨਕਰੀਜ਼ ਕਿੰਨਾ ਹੋਇਆ 12 ਯੂਨਿਟਸ 댓 मींस ਕਿ ਜਦੋਂ ਟੋਟਲ ਪ੍ਰੋਡਕਟ ਇਨਕਰੀਜ਼ਿੰਗ ਰੇਟ ਤੇ ਇਨਕਰੀਜ਼ ਕਰਦਾ ਆ ਉਸ ਨੂੰ ਬੋਲਦੇ ਆ ਇਨਕਰੀਜ਼ਿੰਗ ਰਿਟਰਨ ਟੂ ਅ ਫੈਕਟਰ ਇਸ ਵਿੱਚ ਇਸ ਡਾਇਗਰਾਮ ਵੀ ਦੇਖੋ ਟੋਟਲ ਪ੍ਰੋਡਕਟ ਗਿਵਨ ਹੈ ਨਾ ਯੂਨਿਟਸ ਆਫ ਵੇਰੀਏਬਲ ਫੈਕਟਰ ਕਿ ਜਦੋਂ O1 ਲੇਬਰ ਅਪਲਾਈ ਕਰਦੇ ਸੀ ਵੇਰੀਏਬਲ ਫੈਕਟਰ ਨੂੰ ਤਾਂ ਜਿਹੜਾ ਟੋਟਲ ਪ੍ਰੋਡਕਟ ਕਿੰਨਾ ਇਨਕਰੀਜ਼ ਕਰਦਾ ਸੀ ਥਿਸ ਵਨ ਜਦੋਂ ਯੂਨਿਟਸ ਆਫ ਵੇਰੀਏਬਲ ਫੈਕਟਰ ਨੂੰ ਇਨਕਰੀਜ਼ ਕੀਤਾ ਟੋਟਲ ਪ੍ਰੋਡਕਟ ਉਸ ਦੇ ਨਾਲੋਂ ਜ਼ਿਆਦਾ ਇਨਕਰੀਜ਼ ਕੀਤਾ ਅਗੇਨ ਜਦੋਂ ਵੇਰੀਏਬਲ ਫੈਕਟਰਸ ਦੀ ਕੁਆਂਟੀਟੀ ਨੂੰ ਇਨਕਰੀਜ਼ ਕੀਤਾ ਟੋਟਲ ਪ੍ਰੋਡਕਟ ਦੇ ਵਿੱਚ ਉਸ ਨਾਲੋਂ ਜ਼ਿਆਦਾ ਇਨਕਰੀਜ਼ ਆਈ। ਦੈਟ ਮੀਨਸ ਕਿ ਜਦੋਂ ਫਿਕਸਡ ਫੈਕਟਰ ਦੇ ਨਾਲ ਵੇਰੀਏਬਲ ਫੈਕਟਰ ਦੀ ਕੁਆਂਟੀਟੀ ਨੂੰ ਇਨਕਰੀਜ਼ ਕੀਤਾ ਜਾਂਦਾ ਆ ਟੋਟਲ ਆਊਟਪੁੱਟ ਵਿੱਚ ਉਸ ਦੇ ਨਾਲੋਂ ਜ਼ਿਆਦਾ ਇਨਕਰੀਜ਼ ਆਂਦਾ ਉਸ ਨੂੰ ਬੋਲਦੇ ਆ ਇਨਕਰੀਸਿੰਗ ਰਿਟਰਨ ਟੂ a ਸਕੇਲ। ਮਾਰਜਨਲ ਪ੍ਰੋਡਕਟ ਸ਼ੋ ਕੀਤਾ ਕਿ ਇੱਕ ਐਕਸਟਰਾ ਲੇਬਰ ਲਗਾਉਣ ਦੇ ਨਾਲ ਜਿਹੜਾ ਮਾਰਜਨਲ ਪ੍ਰੋਡਕਟ ਆ ਇਨਕਰੀਸਿੰਗ ਰੇਟ ਤੇ ਵੱਧ ਰਿਹਾ। ਨੈਕਸਟ ਇਜ਼ ਇਨਕਰੀジング ਰਿਟਰਨ ਟੂ ਸਕੇਲ ਨੂੰ ਡਿਮਿਨਿਸ਼ਿੰਗ ਕਾਸਟ ਵੀ ਕਿਹਾ ਜਾਂਦਾ ਕਿਉਂ ਬਿਕੋਜ਼ ਕਿਉਂਕਿ ਟੋਟਲ ਕਾਸਟ ਤਾਂ ਸੇਮ ਰਹੇਗੀ ਫਿਕਸਡ ਫੈਕਟਰ ਐਂਡ ਲੇਬਰ ਦੀ ਥੈਟ ਮੀਨਸ ਕਿ ਅਗਰ ਇੱਕ ਲੇਬਰ ਦਾ ਜਿਹੜੀ ਵੈਲਿਊ ਆ ਔਰ ਜਿਹੜੀ ਉਹਨੂੰ ਕਾਸਟ ਦਿੱਤੀ ਜਾਂਦੀ ਤੇ ਇੱਕ ਇੱਕ ਫਿਕਸਡ ਫੈਕਟਰ ਦੀ ਉਹ ਕੀ ਆ 40 ਠੀਕ ਆ ਟੋਟਲ ਕਾਸਟ ਤਾਂ ਸੇਮ ਰਹਿੰਦੀ ਆ ਬਟ ਜਿਹੜਾ ਪ੍ਰੋਡਕਟ ਆ ਉਹ ਇਨਕਰੀਜ਼ਿੰਗ ਰੇਟ ਤੇ ਇਨਕਰੀਜ਼ ਕਰ ਰਿਹਾ ਇਸ ਲਈ ਪਰ ਯੂਨਿਟ ਜਿਹੜੀ ਕਾਸਟ ਆ ਉਹ ਡਿਕਰੀਜ਼ ਹੁੰਦੀ ਜਾਏਗੀ ਥੈਟ ਮੀਨਸ ਦੈਟ ਮੀਨਸ ਕਿ ਕੋਸਟ ਤਾਂ ਸੇਮ ਰਹਿੰਦੀ ਆ ਬਟ ਜਿਹੜਾ ਟੋਟਲ ਪ੍ਰੋਡਕਟ ਉਹ ਇਨਕਰੀਜ਼ਿੰਗ ਰੇਟ ਤੇ ਵਧਦਾ ਪਿਆ ਇਸ ਲਈ ਜਦੋਂ ਟੋਟਲ ਕੋਸਟ ਨੂੰ ਟੋਟਲ ਪ੍ਰੋਡਕਟ ਨਾਲ ਡਿਵਾਈਡ ਕਰਦੇ ਆ ਸਾਨੂੰ ਐਵਰੇਜ ਕੋਸਟ ਮਿਲ ਜਾਂਦੀ ਆ ਐਵਰੇਜ ਕੋਸਟ ਤੋਂ ਕੀ ਸ਼ੋਰ ਰਿਹਾ ਕਿ ਜਿਹੜਾ ਪ੍ਰੋਡਕਸ਼ਨ ਐਵਰੇਜ ਕੋਸਟ ਆ ਉਹ ਡਿਕਰੀਜ਼ ਕਰਦੀ ਜਾ ਰਹੀ ਆ ਇਸ ਲਈ ਇਨਕਰੀਜ਼ਿੰਗ ਰਿਟਰਨ ਟੂ ਸਕੇਲ ਨੂੰ ਡਿਮਿਨਿਸ਼ਿੰਗ ਕੋਸਟ ਵੀ ਕਿਹਾ ਜਾਂਦਾ ਹੈ ਨੈਕਸਟ ਇਸ ਕਾਜ਼ਸ ਆਫ ਇਨਕਰੀਜ਼ਿੰਗ ਰਿਟਰਨ ਟੂ ਅ ਫੈਕਟਰ ਫਸਟ ਪੁਆਇੰਟ ਇਸ ਅੰਡਰ ਯੂਟਿਲਾਈਜੇਸ਼ਨ ਆਫ ਦੀ ਫਿਕਸਡ fixed factor in the initial states fixed factors remain under utilization ਅਗਰ ਇਨੀਸ਼ੀਅਲ ਸਟੇਜ ਦੇ ਵਿੱਚ ਫਿਕਸਡ ਫੈਕਟਰ ਲਾਈਕ ਅਗਰ ਮਸ਼ੀਨ ਆ ਅਗਰ ਉਸ ਦਾ ਪ੍ਰੋਪਰ ਪੂਰੀ ਤਰ੍ਹਾਂ ਯੂਟਿਲਾਈਜੇਸ਼ਨ ਨਹੀਂ ਹੋ ਰਿਹਾ ਦੈਨ ਉਸ ਦੀ ਜਿਹੜਾ ਪ੍ਰੋਡਕਸ਼ਨ ਘੱਟ ਹੋਏਗਾ ਬਟ ਵੈਨ ਜਦੋਂ ਸੀ ਅਸੀਂ ਫਿਕਸਡ ਫੈਕਟਰ ਦੇ ਨਾਲ ਜਿੰਨੀ ਰਿਕੁਆਇਰਮੈਂਟ ਹੈਗੀ ਵੇਰੀਏਬਲ ਫੈਕਟਰਸ ਦੀ ਅਗਰ ਅਸੀਂ ਉਨੇ ਹੋਰ ਐਪਲੀਕੇਬਲ ਕਰ ਦਿੰਦੇ ਆ ਵੇਰੀਏਬਲ ਫੈਕਟਰਸ ਨੂੰ ਦੈਨ ਜਿਹੜਾ ਐਡੀਸ਼ਨ ਯੂਨਿਟਸ ਆਫ ਦੀ ਵੇਰੀਏਬਲ ਫੈਕਟਰ ਕੀ ਐਕਸਟਰਾ ਯੂਨਿਟ ਆਫ ਵੇਰੀਏਬਲ ਲਗਾਉਣ ਦੇ ਨਾਲ ਟੋਟਲ ਪ੍ਰੋਡਕਟ ਕੀ ਕਰ ਗਿਆ ਇਨਕਰੀਸ ਕਰੇਗਾ ਐਂਡ ਮਾਰਜਨਲ ਪ੍ਰੋਡਕਟ ਆਫ ਦਾ ਵੇਰੀਏਬਲ ਫੈਕਟਰ ਉਹ ਵੀ ਇਨਕਰੀਸ ਕਰੇਗਾ ਸਪੋਜ਼ ਕਿ ਇੱਕ ਫਰਮ ਇੱਕ ਫਰਮ ਦੇ ਵਿੱਚ ਇੱਕ ਮਸ਼ੀਨ ਆ ਠੀਕ ਹੈ ਉਸ ਮਸ਼ੀਨ ਨੂੰ ਐਫੀਸ਼ੀਐਂਟਲੀ ਯੂਜ਼ ਕਰਨ ਦੇ ਲਈ 5 ਵਰਕਰਸ ਦੀ ਜ਼ਰੂਰਤ ਆ ਠੀਕ ਹੈ ਬਟ ਅਗਰ ਉਸ ਫਰਮ ਦੇ ਵਿੱਚ ਉਸ ਮਸ਼ੀਨ ਦੇ ਉੱਪਰ ਸਿਰਫ 2 ਵਰਕਰਸ ਨੂੰ ਹਾਇਰ ਕੀਤਾ ਗਿਆ ਜੋ ਕਿ ਉਸ ਦਾ efficiently use ਨਹੀਂ ਕਰ ਪਾਉਂਦੇ properly ਇਸ ਲਈ ਇੱਕ ਜਦੋਂ ਉਹ ਫਰਮ ਅਗਰ ਸਿਰਫ 2 ਵਰਕਰਸ ਲਗਾਏ ਗਏ ਆ then ਉਸ ਦਾ efficiently use ਨਹੀਂ ਹੋਏਗਾ that means total productivity ਘੱਟ ਹੋਏਗਾ but when ਜਦੋਂ ਉਸ ਮਸ਼ੀਨ ਦੇ ਉੱਪਰ 5 ਵਰਕਰਸ ਹਾਇਰ ਕਰ ਦਿੱਤੇ ਜਾਣਗੇ then ਉਸ ਦਾ proper fully utilization utilization ਹੋਣਾ ਸਟਾਰਟ ਹੋ ਜਾਏਗੀ proper ਪੂਰੀ ਤਰ੍ਹਾਂ efficiently then ਕੀ ਹੋਏਗਾ ਕਿ ਜਦੋਂ ਉਸ ਨਾਲ ਕੀ ਹੋਏਗਾ ਕਿ ਟੋਟਲ ਪ੍ਰੋਡਕਟ ਐਂਡ ਮਾਰਜਨਲ ਪ੍ਰੋਡਕਟ ਇਨਕਰੀਸ ਕਰਨਾ ਸਟਾਰਟ ਕਰ ਦੇਗਾ ਨੈਕਸਟ ਇਜ਼ ਇਨਕਰੀਜ਼ ਇਨ ਐਫੀਸ਼ੀਐਂਸੀ ਇਨਕਰੀਜ਼ ਇਨ ਐਫੀਸ਼ੀਐਂਸੀ ਦੇ ਕਾਰਨ ਇਨਕਰੀਜ਼ਿੰਗ ਰਿਟਰਨ ਟੂ ਸਕੇਲ ਇਸ ਕਾਰਨ ਐਪਲੀਕੇਬਲ ਹੁੰਦਾ ਬਿਕੋਜ਼ ਡਿਊ ਟੂ ਇਨਕਰੀਜ਼ ਇਨ ਦੀ ਯੂਨਿਟ ਆਫ ਵੇਰੀਏਬਲ ਫੈਕਟਰਸ ਦੀ ਪੋਸੀਬਿਲਟੀ ਆਫ ਡਿਵੀਜ਼ਨ ਆਫ ਲੇਬਰ ਐਂਡ ਸਪੈਸ਼ਲਾਈਜ਼ੇਸ਼ਨ ਇਨਕਰੀਜ਼ ਥੈਟ ਮੀਨਸ ਕਿ ਜਦੋਂ ਨੰਬਰ ਆਫ ਵੇਰੀਏਬਲਸ ਨੂੰ ਅਸੀਂ ਜ਼ਿਆਦਾ ਯੂਜ਼ ਕਰਦੇ ਹਾਂ ਤੇ ਡਿਵੀਜ਼ਨ ਆਫ ਲੇਬਰ ਪੋਸੀਬਲ ਹੋ ਜਾਂਦਾ ਕਿਉਂਕਿ ਡਿਵੀਜ਼ਨ ਆਫ ਲੇਬਰ ਦੇ ਕਾਰਨ ਉਹਨਾਂ ਦੀ ਐਫੀਸ਼ੀਐਂਸੀ ਇਨਕਰੀਜ਼ ਹੁੰਦੀ ਹੈ ਇੰਗਾ ਐਫੀਸ਼ੀਐਂਟੀ ਇਨਕਰੀਜ਼ ਹੋਣ ਦੇ ਕਾਰਨ ਪ੍ਰੋਡਕਸ਼ਨ ਇਨਕਰੀਜ਼ ਹੁੰਦਾ ਸਪੋਜ਼ ਕਿ ਅਸੀਂ ਬਹੁਤ ਸਾਰੇ ਇੱਕ ਫੈਕਟਰੀ ਦੇ ਵਿੱਚ ਬਹੁਤ ਸਾਰੇ ਲੇਬਰਸ ਆ ਠੀਕ ਹੈ ਕੁਝ ਲੇਬਰਸ ਇੱਕ ਮਸ਼ੀਨ ਨੂੰ ਚਲਾਉਣ ਦੇ ਵਿੱਚ ਬਹੁਤ ਸਾਰੇ ਐਫੀਸ਼ੀਐਂਟਾ ਠੀਕ ਹੈ ਕੁਝ ਸਪੋਜ਼ ਇੱਕ ਕੱਪੜਾ ਬਣਾਉਣ ਲਈ ਮਿਲਣਾ ਠੀਕ ਹੈ ਕੁਝ ਕੀ ਕਰਦੇ ਆ ਲਾਈਕ ਧਾਗਾ ਬਣਾਉਣ ਦੇ ਵਿੱਚ ਸਪੈਸ਼ਲਾਈਜੇਸ਼ਨ ਆ ਕੁਝ ਕੱਪੜਾ ਬਣਾਉਣ ਦੇ ਵਿੱਚ ਹਰ ਇੱਕ ਲੇਬਰਸ ਨੂੰ ਜਦੋਂ ਅਸੀਂ ਉਹਨਾਂ ਦੇ ਐਫੀਸ਼ੀਐਂਟ ਦੇ ਅਕੋਰਡਿੰਗ ਐਫੀਸ਼ੀਐਂਸੀ ਦੇ ਅਕੋਰਡਿੰਗ ਡਿਵਾਈਡ ਕਰ ਦਿੰਦੇ ਆ ਕੰਮ ਦੇ ਵਿੱਚ ਕਿ ਤੁਸੀਂ ਇਹ ਵਾਲਾ ਕੰਮ ਕਰਨਾ ਕਿ ਉਹ ਪ੍ਰੋਪਰ ਐਫੀਸ਼ੀਐਂਟਲੀ ਤਰੀਕੇ ਨਾਲ ਉਹ ਇਹ ਕੰਮ ਕਰ ਸਕਦੇ ਆ ਦੈਨ ਉਹਨਾਂ ਦਾ ਪ੍ਰੋਡਕਸ਼ਨ ਉਸ ਕੰਮ ਦੇ ਵਿੱਚ ਜ਼ਿਆਦਾ ਹੋਏਗਾ ਇਸ ਕਾਰਨ ਇਨਕਰੀਜ਼ਿੰਗ ਰਿਟਰਨ ਟੂ ਸਕੇਲ ਐਪਲੀਕੇਬਲ ਹੁੰਦਾ ਹੈ ਜਦੋਂ ਅਸੀਂ ਡਿਵੀ next is better coordination between the factors ਜਦੋਂ ਫਿਕਸਡ ਫੈਕਟਰ ਅੰਡਰ ਯੂਟਿਲਾਈਜ਼ਡ ਹੁੰਦੇ ਆ ਤੇ ਵੈਨ ਜਦੋਂ ਅਸੀਂ ਵੇਰੀਏਬਲ ਫੈਕਟਰਸ ਨੂੰ ਹੋਰ ਇਨਕਰੀਜ਼ ਕਰਦੇ ਆ ਦੈਨ ਉਹਨਾਂ ਦੇ ਵਿੱਚ ਪ੍ਰੋਪਰ ਕੋਆਰਡੀਨੇਸ਼ਨ ਇੰਪਰੂਵ ਹੁੰਦਾ ਹੈ ਫਿਕਸਡ ਫੈਕਟਰ ਤੇ ਵੇਰੀਏਬਲ ਫੈਕਟਰ ਦੇ ਵਿੱਚ ਜਿਸ ਦੇ ਕਾਰਨ ਆਉਟਪੁੱਟ ਇਨਕਰੀਜ਼ ਹੁੰਦਾ ਹੈ ਇਨਕਰੀਜ਼ਿੰਗ ਰੇਟ ਦੇ ਉੱਪਰ ਨੈਕਸਟ ਇਜ਼ ਐਪਲੀਕੇਸ਼ਨ ਆਫ ਦੀ ਲਾ ਆਫ ਇਨਕਰੀਜ਼ਿੰਗ ਰਿਟਰਨ ਟੂ ਅ ਫੈਕਟਰ ਟੂ ਇੰਡਸਟਰੀਜ਼ ਜਿਹੜਾ ਇਨਕਰੀਜ਼ਿੰਗ ਰਿਟਰਨ ਟੂ ਸਕੇਲ ਦਾ ਲੋਆ ਮੇਨਲੀ ਮੈਨੂਫੈਕਚਰਿੰਗ ਇੰਡਸਟਰੀਜ਼ ਦੇ ਵਿੱਚ ਅਪਲਾਈ ਹੁੰਦਾ ਆ ਦੇ ਲੋ ਇਕਵਲੀ ਅਪਲਾਈਸ ਟੂ ਐਗਰੀਕਲਚਰ ਐਂਡ ਐਕਸਟ੍ਰੈਕਟਿਵ ਇੰਡਸਟਰੀਜ਼ ਲਾਈਕ ਫਿਸ਼ਰੀਜ਼ ਐਂਡ ਮਾਈਨਿੰਗ ਐਕਸੈਟਰਾ ਫਰਸਟ ਪੁਆਇੰਟ ਇਜ਼ ਇਲਾਸਟਿਕ ਸਪਲਾਈ ਫੈਕਟਰਸ ਆਫ ਪ੍ਰੋਡਕਸ਼ਨ ਨੀਡੇਡ ਇਨ ਮੈਨੂਫੈਕਚਰਿੰਗ ਇੰਡਸਟਰੀਜ਼ ਹੈਵ ਐਨ ਇਲਾਸਟਿਕ ਸਪਲਾਈ ਮੈਨੂਫੈਕਚਰਿੰਗ ਇੰਡਸਟਰੀ ਦੇ ਵਿੱਚ ਜਿਹੜੀ ਫੈਕਟਰਸ ਆਫ ਪ੍ਰੋਡਕਸ਼ਨ ਦੀ ਡਿਮਾਂਡ ਹੁੰਦੀ ਹੈ ਉਹ ਇਲਾਸਟਿਕ ਹੁੰਦੀ ਆ ਸਪੋਜ਼ ਕਿ ਜੇ ਰੋ ਸਪਲਾਈ ਇਟ ਮੀਨਸ ਸਪਲਾਈ ਕੈਨ ਬੀ ਇਨਕਰੀਸ ਟੂ ਦੀ ਡਿਜ਼ਾਇਰ ਐਕਸਟੈਂਟ ਵੈਨ ਰਿਕੁਆਇਰਡ ਮੈਨੂਫੈਕਚਰਿੰਗ ਇੰਡਸਟਰੀਜ਼ ਦੇ ਵਿੱਚ ਜਿਹੜੀ ਸਪਲਾਈ ਨੂੰ ਸੀ ਇਨਕਰੀਸ ਕਰ ਸਕਦੇ ਆ ਜਿੱਥੇ ਤੱਕ ਸਾਨੂੰ ਚਾਹੀਦੀ ਆ ਕਿਉਂਕਿ ਮੈਨੂਫੈਕਚਰਿੰਗ ਇੰਡਸਟਰੀ ਦੇ ਵਿੱਚ ਜਿਹੜਾ ਲੈਂਡ ਆ ਫਿਕਸਡ ਫੈਕਟਰ ਉਸ ਦਾ ਜਿਹੜਾ ਰੋਲ ਘਟ ਆ ਕਿਉਂਕਿ ਮੈਨੂਫੈਕਚਰਿੰਗ ਇੰਡਸਟਰੀਜ਼ ਦੇ ਵਿੱਚ ਪ੍ਰੋਡਕਸ਼ਨ ਨੂੰ ਇਨਕਰੀਸ ਕਰਨ ਦੇ ਲਈ ਜ਼ਿਆਦਾ ਕਿਸ ਦੀ ਜ਼ਰੂਰਤ ਹੁੰਦੀ ਹੈ ਲੇਬਰ ਕੈਪੀਟਲ ਐਂਡ ਐਂਟਰਪ੍ਰੀਨਰ ਦੀ ਕਿਉਂਕਿ ਸਪਲਾਈ ਆਫ ਲੈਂਡ ਇਨ ਇਲਾਸਟਿਕ ਆ ਬਟ ਲੇਬਰ ਤੇ ਕੈਪੀਟਲ ਵੈਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ ਹੈ ਇਸ ਲਈ ਜਦੋਂ ਮੈਨੂਫੈਕਚਰਿੰਗ ਇੰਡਸਟਰੀ ਦੇ ਵਿੱਚ ਪ੍ਰੋਡਕਸ਼ਨ ਇਨਕਰੀਸ ਕਰਨਾ ਹੁੰਦਾ ਹੈ ਤਾਂ ਲੇਬਰਸ ਟਿਕ ਨੂੰ ਇਨਕਰੀਸ ਕਰਕੇ ਪ੍ਰੋਡਕਸ਼ਨ ਨੂੰ ਇਨਕਰੀਸ ਕੀਤਾ ਜਾ ਸਕਦਾ ਨੈਕਸਟ ਇਜ਼ ਨਿਊ ਇਨੋਵੇਸ਼ਨਸ ਡਿਊ ਟੂ ਰੈਪਿਡਲੀ ਅਵੇਲੇਬਲ ਨਿਊ ਇਨੋਵੇਸ਼ਨ ਇਨ ਇੰਡਸਟਰੀਜ਼ ਮੈਥਡ ਆਫ ਪ੍ਰੋਡਕਸ਼ਨ ਆਰ ਕੰਟੀਨਿਊਸਲੀ ਇੰਪਰੂਵ ਟੂ ਇਨਕਰੀਸ ਪ੍ਰੋਡਕਟੀਵਿਟੀ ਪਰ ਵਰਕਰਸ ਜਦੋਂ ਨਿਊ ਇਨੋਵੇਸ਼ਨ ਨਿਊ ਇਨੋਵੇਸ਼ਨਸ ਨੂੰ ਇੰਡਸਟਰੀ ਵਿੱਚ ਯੂਜ਼ ਕੀਤਾ ਜਾਂਦਾ ਹੈ ਦੈਨ ਨਵੇਂ ਮੈਥਡਸ ਆਫ ਪ੍ਰੋਡਕਸ਼ਨ ਨੂੰ ਯੂਜ਼ ਕੀਤਾ ਜਾਂਦਾ ਦੈਨ ਜਿਹੜਾ ਪਰ ਵਰਕਰ ਪ੍ਰੋਡਕਟੀਵਿਟੀ ਆ ਉਹ ਇਨਕਰੀਜ਼ ਹੋ ਜਾਂਦੀ ਆ ਐਂਡ ਕਾਸਟ ਪਰ ਯੂਨਿਟ ઓ ਡਿਕਰੀਸ ਕਰ ਜਾਂਦੀ ਹੈ ਨੈਕਸਟ ਇਜ਼ ਡਿਵੀਜ਼ਨ ਆਫ ਲੇਬਰ देयर इज ਮੋਰ ਸਕੋਪ ਆਫ ਡਿਵੀਜ਼ਨ ਆਫ ਲੇਬਰ ਇਨ ਮੈਨੂਫੈਕਚਰਿੰਗ ਇੰਡਸਟਰੀਜ਼ ਮੈਨੂਫੈਕਚਰਿੰਗ ਇੰਡਸਟਰੀ ਦੇ ਵਿੱਚ ਡਿਵੀਜ਼ਨ ਆਫ ਲੇਬਰ ਦਾ ਬਹੁਤ ਸਾਰਾ ਸਕੋਪ ਆ ਬਿਕੋਜ਼ ਡਿਵੀਜ਼ਨ ਆਫ ਲੇਬਰ ਦੇ ਕਾਰਨ ਪ੍ਰੋਡਕਸ਼ਨ ਦੇ ਵਿੱਚ ਜਿਹੜਾ ਇਨਕਰੀਜ਼ ਹੁੰਦਾ ਆ ਉਹ ਜਿੰਨਾ ਵੇਰੀਏਬਲ ਪ੍ਰੋਡਕਸ਼ਨ ਨੂੰ ਵੇਰੀਏਬਲ ਫੈਕਟਰਸ ਆ ਪ੍ਰੋਡਕਸ਼ਨ ਨੂੰ ਇਨਕਰੀਟਾ ਕੀ ਵੈਰੀਏਬਲ ਫੈਕਟਰਸ ਨੂੰ ਜਿੰਨਾ ਇਨਕਰੀਸ ਕੀਤਾ ਜਾਂਦਾ ਹੈ ਪ੍ਰੋਡਕਸ਼ਨ ਵਿੱਚ ਉਸ ਤੋਂ ਜ਼ਿਆਦਾ ਇਨਕਰੀਸ ਆਂਦਾ ਹੈ ਕਿਉਂਕਿ ਜਦੋਂ ਅਸੀਂ ਡਿਵੀਜ਼ਨ ਕਰਦੇ ਲੇਬਰ ਦੇ ਉਹਨਾਂ ਦੀ ਐਫੀਸ਼ੀਐਂਸੀ ਦੇ ਅਕੋਰਡਿੰਗ ਉਹਨਾਂ ਨੂੰ ਡਿਫਰੈਂਟ ਡਿਫਰੈਂਟ ਜ਼ੋਨ ਦੇ ਵਿੱਚ ਕੰਮ ਦੇ ਵਿੱਚ ਡਿਵਾਈਡ ਕਰਦੇ ਆਂ ਥੈਨ ਆਟੋਮੈਟਿਕਲੀ ਪ੍ਰੋਡਕਸ਼ਨ ਜ਼ਿਆਦਾ ਹੁੰਦਾ ਹੈ ਨੈਕਸਟ ਇਜ਼ ਯੂਜ਼ ਆਫ ਮਸ਼ੀਨਰੀਜ਼ ਜਦੋਂ ਅਸੀਂ ਨਿਊ ਟੈਕਨੀਕਸ ਵਾਲੀ ਮਸ਼ੀਨਰੀਜ਼ ਨੂੰ ਯੂਜ਼ ਕਰਦੇ ਆਂ ਥੈਨ ਪ੍ਰੋਡਕਸ਼ਨ ਆਟੋਮੈਟਿਕਲੀ ਇਨਕਰੀਸਿੰਗ ਰੇਟ ਤੇ ਵਧਦਾ ਐਂਡ ਕਾਸਟ ਡਿਕਰੀਸ ਕਰਦੀ ਆ ਨੈਕਸਟ ਇਜ਼ ਲੈਸ ਇਨਫਲੂਐਂਸ ਆਫ ਨੇਚਰ ਜਿਹੜੀ ਮੈਨੂਫੈਕਚਰਿੰਗ ਇੰਡਸਟਰੀਜ਼ ਹੁੰਦੇ ਆ ਉਹਦੇ ਉੱਪਰ ਨੇਚਰ ਦਾ ਜ਼ਿਆਦਾ ਫੈਕਟ ਨਹੀਂ ਪੈਂਦਾ ਲਾਈਕ ਕਲਾਈਮੇਟ ਰੇਨਫਾਲ ਸੀਜ਼ਨਲ ਵੇਰੀਏਸ਼ਨ ਐਕਸੈਟਰਾ ਅ ਕਿਉਂਕਿ ਐਗਰੀਕਲਚਰ ਦੇ ਨਾਲ ਵਿੱਚ ਬਹੁਤ ਜ਼ਿਆਦਾ ਫੈਕਟ ਪੈਂਦਾ ਹੈ ਬਟ ਮੈਨੂਫੈਕਚਰਿੰਗ ਇੰਡਸਟਰੀਜ਼ ਦੇ ਉੱਪਰ ਇਹਨਾਂ ਦਾ ਜ਼ਿਆਦਾ ਇੰਨਾ ਜ਼ਿਆਦਾ ਅਫੈਕਟ ਨਹੀਂ ਪੈਂਦਾ ਇਸ ਲਈ ਮੈਨੂਫੈਕਚਰਿੰਗ ਇੰਡਸਟਰੀਜ਼ ਦੇ ਵਿੱਚ ਜਿਹੜਾ ਲਾਅ ਆਫ ਡਿਮਿਨਿਸ਼ਿੰਗ ਰਿਟਰਨ ਬਹੁਤ ਟਾਈਮ ਤੋਂ ਬਾਅਦ ਹੀ ਐਪਲੀਕੇਬਲ ਹੁੰਦਾ ਨੈਕਸਟ ਇਜ਼ ਕਨਸਟੈਂਟ ਰਿਟਰਨ ਟੂ ਅ ਫੈਕਟਰ constant return to a factor refers to a stage when increasing application of the variable factor no more results in increasing marginal product of the factor rather marginal product of the factor tends to stabilize accordingly total output increase only at the constant rate ਜਦੋਂ ਅਸੀਂ ਫਿਕਸਡ ਫੈਕਟਰ ਦੇ ਨਾਲ ਵੇਰੀਏਬਲ ਫੈਕਟਰਸ ਨੂੰ ਇਨਕਰੀਸ ਕਰਦੇ ਜਾਂਦੇ ਹਾਂ ਤੇ ਜਦੋਂ ਮਾਰਜਨਲ ਪ੍ਰੋਡਕਟ INCREASING RATE ਤੇ ਨਹੀਂ ਪਾਦਾ ਇੱਕ CONSTANT RATE ਦੇ ਉੱਪਰ ਕਰਦਾ ਮਤਲਬ ਕਿ ਕਿ ਐਕਸਟਰਾ ਲੇਬਰ ਲਗਾਉਣ ਦੇ ਨਾਲ ਜਿਹੜਾ ਮਾਰਜਨਲ ਪ੍ਰੋਡਕਟ ਸੇਮ ਰਹਿੰਦਾ ਆ ਦੈਨ ਟੋਟਲ ਪ੍ਰੋਡਕਟ ਦੇ ਵਿੱਚ ਇਨਕਰੀਸ ਕਿ ਹੁੰਦਾ CONSTANT RATE ਦੇ ਉੱਪਰ ਉਸ ਨੂੰ ਕਹਿੰਦੇ ਆ CONSTANT RETURN ਟੂ ਅ ਫੈਕਟਰ ਟੇਬਲ 6 ਵਿੱਚ ਦੇਖੋਗੇ ਯੂਨਿਟਸ ਆਫ ਲੇਬਰ ਕੀ ਆ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ ਯੂਨਿਟਸ ਆਫ ਕੈਪੀਟਲ ਫਿਕਸਡ ਫੈਕਟਰ ਆ ਫਿਕਸਡ ਫੈਕਟਰ ਦੇ ਨਾਲ ਜਦੋਂ 1 ਲੇਬਰ ਯੂਜ਼ ਕਰਦੇ ਹਾਂ ਪ੍ਰੋਡਕਟ ਕਿੰਨਾ ਵਾਧਾ 5 ਯੂਨਿਟ ਥੈਟ ਮੀਨਸ ਮਾਰਜਨਲ ਪ੍ਰੋਡਕਟ ਕਿੰਨਾ 5 ਟੋਟਲ ਪ੍ਰੋਡਕਟ ਵੀ ਹੋਏਗਾ 5 ਫਿਕਸਡ ਫੈਕਟਰ ਦੇ ਨਾਲ ਜਦੋਂ ਅ ਦੋ ਲੇਬਰਸ ਨੂੰ ਯੂਜ਼ ਕਰਦੇ ਹਾਂ ਤੇ ਜਿਹੜਾ ਪ੍ਰੋਡਕਸ਼ਨ ਵਿੱਚ ਇਨਕਰੀਜ਼ ਹੁੰਦੀ ਉਹ ਵੀ ਸੇਮ ਹੁੰਦਾ ਕਿ ਦੋ ਲੇਬਰ ਲਗਾਉਣ ਦੇ ਨਾਲ ਦੂਸਰੇ ਲੇਬਰ ਦੀ ਜਿਹੜੀ ਪ੍ਰੋਡਕਟਿਵਿਟੀ ਕਿੰਨੀ ਆ ਉਹ ਵੀ 5 ਆ ਥੈਟ ਮੀਨਸ ਟੋਟਲ ਆਊਟਪੁੱਟ ਕਿੰਨਾ ਹੋਏਗਾ 10 ਜਦੋਂ ਥਰਡ ਲੇਬਰ ਲਾਉਂਦੇ ਹਾਂ ਉਸ ਦੀ ਪ੍ਰੋਡਕਟਿਵਿਟੀ ਕਿੰਨੀ ਆ 5 ਉਸਤੇ ਵੀ दैट मींस ਕਿ ਜਦੋਂ ਫਿਕਸਡ ਫੈਕਟਰ ਦੇ ਨਾਲ ਵੇਰੀਏਬਲ ਫੈਕਟਰਸ ਨੂੰ ਯੂਜ਼ ਕਰਦੇ ਜਾਂਦੇ ਆ ਇੱਕ ਐਕਸਟਰਾ ਲੇਬਰ ਲਗਾਉਣ ਦੇ ਨਾਲ ਜਿਹੜੀ ਪ੍ਰੋਡਕਟਿਵਿਟੀ ਹੁੰਦੀ ਆ ਉਹ ਸੇਮ ਹੁੰਦੀ ਆ ਇਨਕਰੀਜ਼ਿੰਗ ਰਿਟਰਨ ਵਿੱਚ ਕੀ ਸੀ ਇਨਕਰੀਜ਼ਿੰਗ ਰੇਟ ਤੇ ਵਧ ਰਹੀ ਸੀ ਕਿ ਫਰਸਟ ਲੇਬਰ ਦੀ ਫੋਰ ਸੀ ਸੈਕਿੰਡ ਲੇਬਰ ਲਗਾਉਣ ਦੇ ਨਾਲ ਜਿਹੜੀ ਪ੍ਰੋਡਕਟਿਵਿਟੀ ਸੀ ਮਾਰਜਨਲ ਪ੍ਰੋਡਕਟ ਉਹ 6 ਸੀ ਇਸ ਲਈ ਉਸ ਨੂੰ ਇਨਕਰੀਜ਼ਿੰਗ ਰਿਟਰਨ ਕਹਿੰਦੇ ਆ ਬਟ ਇਸ ਵਿੱਚ ਕੀ ਆ ਫਿਕਸਡ ਫੈਕਟਰ ਦੇ ਨਾਲ ਜਦੋਂ ਵੇਰੀਏਬਲ ਫੈਕਟਰਸ ਦੀ ਕੁਆਂਟੀਟੀ ਨੂੰ ਇਨਕਰੀਸ ਕਰਦੇ ਜਾਂਦੇ ਹਾਂ ਇੱਕ ਹਰ ਇੱਕ ਐਕਸਟਰਾ ਲੇਬਰ ਦੀ ਜਿਹੜੀ ਪ੍ਰੋਡਕਟਿਵਿਟੀ ਆ ਉਹ ਕੀ ਰਹਿੰਦੀ ਆ ਸੇਮ ਇਸ ਲਈ ਜਿਹੜਾ ਟੋਟਲ ਪ੍ਰੋਡਕਟ ਦੇ ਵਿੱਚ ਇਨਕਰੀਸ ਆਂਦਾ ਉਹ ਕਨਸਟੈਂਟ ਰੇਟ ਉੱਤੇ ਮਤਲਬ ਕਿ 5 5 ਦੀ ਰੇਸ਼ਿਓ ਨਾਲ ਇਨਕਰੀਸ ਕਰ ਰਿਹਾ ਇਸ ਲਈ ਉਸ ਨੂੰ ਬੋਲਦੇ ਆ ਕਨਸਟੈਂਟ ਰਿਟਰਨ ਟੂ ਫੈਕਟਰ ਫਿਗਰ 5 ਦੇ ਵਿੱਚ ਜਿਹੜਾ ਟੋਟਲ ਪ੍ਰੋਡਕਟ ਇਨਕਰੀਜ਼ ਕਰ ਰਿਹਾ ਕਨਸਟੈਂਟ ਰੇਟ ਦੇ ਉੱਤੇ ਸਲੋਪਿੰਗ ਅਪਵਰਡ ਸ਼ੋ ਕੀਤਾ ਗਿਆ ਐਂਡ ਫਿਗਰ 2 ਦੇ ਵਿੱਚ ਮਾਰਜਨਲ ਪ੍ਰੋਡਕਟ ਕੀ ਆ ਵੇਰੀਏਬਲ ਫੈਕਟਰਸ ਆ ਦੈਟ ਇਜ਼ ਕਨਸਟੈਂਟ ਕਿ ਹਰ ਇੱਕ ਵੇਰੀਏਬਲ ਦੀ ਜਿਹੜੀ ਪ੍ਰੋਡਕਟਿਵਿਟੀ ਆ ਉਹ ਕਿੰਨੀ ਆ 5 ਹੋ ਰਹੀ ਆ ਤੇ ਟੋਟਲ ਪ੍ਰੋਡਕਟ ਕੀ ਆ ਕਿ ਜਿੰਨੇ ਸੀ ਲੇਬਰ ਲਗਾ ਰਹੇ ਆ ਓਨੀ ਹੀ ਪ੍ਰੋਡਕਟਿਵਿਟੀ ਵਧ ਰਹੀ ਆ ਕਿ ਸੇਮ ਰੇਸ਼ਿਓ ਦੇ ਨਾਲ ਨੈਕਸਟ ਇਜ਼ ਕਨਸਟੈਂਟ ਕਾਸਟ constant returns can also be explained in term of cost ਜਦੋਂ ਅਸੀਂ ਫਿਕਸਡ ਫੈਕਟਰ ਦੇ ਨਾਲ ਐਡੀਸ਼ਨਲ ਐਪਲੀਕੇਸ਼ਨ ਆਫ ਵੇਰੀਏਬਲ ਫੈਕਟਰ ਨੂੰ ਇਨਕਰੀਸ ਕਰਦੇ ਹਾਂ ਤੇ ਉਸ ਦੇ ਨਾਲ ਜਿਹੜੀ ਐਵਰੇਜ ਐਂਡ ਮਾਰਜਨਲ ਕਾਸਟ ਆਫ ਪ੍ਰੋਡਕਸ਼ਨ ਆ ਉਹ ਵੀ ਸੇਮ ਰਹਿੰਦੀ ਹੈ ਇਸ ਲਈ ਇਨਕਰੀasing constant return of constant return of factor ਨੂੰ constant cost ਵੀ ਕਿਹਾ ਜਾਂਦਾ ਹੈ ਟੇਬਲ 7 ਦੇ ਵਿੱਚ ਟੋਟਲ ਕਾਸਟ ਫਿਕਸਡ ਆ दट इज 5 ਫਿਕਸਡ ਫੈਕਟਰਸ ਐਂਡ ਵੇਰੀਏਬਲ ਫੈਕਟਰਸ ਦੀ ਜਿਵੇਂ ਜਿਵੇਂ ਅਸੀਂ ਵੇਰੀਏਬਲ ਫੈਕਟਰਸ ਨੂੰ ਇਨਕਰੀਸ ਕਰਦੇ ਜਾਂਦੇ ਹਰ ਇੱਕ ਫੈਕਟਰਸ ਦੀ ਕੋਸਟ ਤਾਂ ਕਨਸਟੈਂਟ ਆ दैट मींस 1 ਦੀ ਕੋਸਟ ਕਿੰਨੀ ਸੀ 25 2 ਲਗਾਏ 50 3 ਲੇਬਰਸ ਯੂਜ਼ ਕੀਤੇ 75 ਹੋ ਗਿਆ ਬਟ ਟੋਟਲ ਪ੍ਰੋਡਕਟ ਜਿਹੜਾ ਵੱਧ ਰਿਹਾ ਉਹ ਕੀ ਆ ਕਨਸਟੈਂਟ ਕਾਸਟ ਦੇ ਉੱਪਰ ਸੌਰੀ ਕਨਸਟੈਂਟ ਰੇਟ ਦੇ ਉੱਪਰ ਬਾਤ ਰਿਹਾ दैट मींस 5 5 ਦੀ ਰੇਸ਼ਿਓ ਨਾਲ ਬਾਤ ਰਿਹਾ ਇਸ ਲਈ ਜਦੋਂ ਅਸੀਂ ਟੋਟਲ ਕਾਸਟ ਨੂੰ ਟੋਟਲ ਪ੍ਰੋਡਕਟ ਦੇ ਨਾਲ ਡਿਵਾਈਡ ਕਰਦੇ ਸਾਡੇ ਕੋਲ ਐਵਰੇਜ ਕਾਸਟ ਆਉਂਦੀ ਹੈ दैट इज 5 ਟੇਬਲ 7 ਸ਼ੋว์ ਦੈਟ ਟੋਟਲ ਪ੍ਰੋਡਕਟ ਐਂਡ ਟੋਟਲ ਕਾਸਟ ਇਨਕਰੀਸ ਇਨ ਦੀ ਸੇਮ ਪ੍ਰੋਪੋਰਸ਼ਨ ਥੇਅਰ ਇਜ਼ ਨੋ ਚੇਂਜ ਇਨ ਐਵਰੇਜ ਕਾਸਟ ਡਿਊ ਟੂ ਇਨਕਰੀਸ ਇਨ ਪ੍ਰੋਡਕਸ਼ਨ ਕਾਸਟ ਕਿੰਨੀ ਰਹਿੰਦੀ ਆ 5 ਇਸ ਲਈ ਅਸੀਂ ਕਨਸਟੈਂਟ ਰਿਟਰਨ ਕਾਸਟ ਨੂੰ ਕਨਸਟੈਂਟ ਕਾਸਟ ਵੀ ਕਹਿੰਦੇ ਆ next is causes of constant returns to a factor of uh, first is optimum utilization of the fixed factor a production is increased by increasing the application of variable factor ki jadon ik production jadon asi variable factors nu applicable karde haan jehda production increase an, increase anda total product de vich us to baad ik is is tarah di stage aandi hai ki jadon fixed factor da optimum puri tarah utilize hona lagda jadon optimum factor फिक्स्ड फैक्टर ਦਾ ਪ੍ਰੋਪਰਲੀ ਯੂਟਿਲਾਈਜੇਸ਼ਨ ਹੋਣਾ ਸਟਾਰਟ ਹੋ ਜਾਂਦਾ ਹੈ देन ਜਿਹੜਾ ਮਾਰਜਨਲ ਪ੍ਰੋਡਕਟ ਆ ਵੇਰੀਏਬਲ ਫੈਕਟਰ ਦਾ ਉਹ ਕਨਸਟੈਂਟ ਰਹਿੰਦਾ दैट मींस ਇੱਕ ਕਨਸਟੈਂਟ ਰੇਟ ਦੇ ਉੱਪਰ ਇਨਕਰੀਸ ਕਰਦਾ ਜਦੋਂ ਫਿਕਸਡ ਫੈਕਟਰ ਦਾ ਆਪਟੀਮਮ ਯੂਟਿਲਾਈਜੇਸ਼ਨ ਸਟਾਰਟ ਹੋ ਜਾਂਦਾ देन ਵੇਰੀਏਬਲ ਫੈਕਟਰਸ ਦਾ ਜਿਹੜਾ ਮਾਰਜਨਲ ਪ੍ਰੋਡਕਟ ਆ ਉਹ ਕਨਸਟੈਂਟ ਹੋ ਜਾਂਦਾ ਕਨਸਟੈਂਟ ਰੇਟ ਉੱਪਰ ਇਨਕਰੀਸ ਕਰਦਾ ਨੈਕਸਟ ਇਜ਼ ਆਈਡੀਅਲ ਫੈਕਟਰ ਰੇਸ਼ੋ ਆਈਡੀਅਲ ਫੈਕਟਰ ਰੇਸ਼ੋ ਵੀ ਸੇਮ ਹੋਈ ਹੈ ਕਿ ਜਦੋਂ ਫਿਕਸਡ ਫੈਕਟਰ ਅੰਡਰ ਯੂਟਿਲਾਈਜੇਸ਼ਨ ਹੁੰਦਾ ਹੈ ਅੰਡਰ ਯੂਟਿਲਾਈਜ਼ ਹੁੰਦਾ ਜਦੋਂ ਉਸ ਨੂੰ ਪ੍ਰੋਪਰ ਪੂਰੀ ਤਰ੍ਹਾਂ ਯੂਟਿਲਾਈਜ਼ ਕਰਨ ਲਈ ਜਿੰਨੇ ਵੇਰੀਏਬਲ ਫੈਕਟਰ ਦੀ ਜ਼ਰੂਰਤ ਹੁੰਦੀ ਹੈ ਅਗਰ ਉੰਨੀ ਪੂਰੀ ਐਫੀਸ਼ੀਐਂਟਲੀ ਲਈ ਉੰਨੇ ਵੇਰੀਏਬਲ ਫੈਕਟਰ ਐਪਲੀਕੇਬਲ ਕਰ ਦਿੱਤੇ ਜਾਂਦੇ ਹਨ ਦੈਨ ਉਸ ਨੂੰ ਕੀ ਕਿਹਾ ਜਾਂਦਾ ਆਈਡੀਅਲ ਫੈਕਟਰ ਰੇਸ਼ੋ ਦੈਨ ਉਸ ਪੁਆਇੰਟ ਤੋਂ ਬਾਅਦ ਜਿਹੜਾ ਟੋਟਲ ਪ੍ਰੋਡਕਟ ਆ ਉਹ ਇਨਕਰੀਜ਼ਿੰਗ ਰੇਟ ਤੇ ਨਹੀਂ ਇੱਕ ਕਨਸਟੈਂਟ ਰੇਟ ਤੇ ਵਧਦਾ ਅਗਰ ਉਸ ਤੋਂ ਜ਼ਿਆਦਾ ਸੀ ਸੇਮ ਫਿਕਸਡ ਫੈਕਟਰ ਦੇ ਨਾਲ ਉਸ ਤੋਂ ਵੀ ਜ਼ਿਆਦਾ ਵੇਰੀਏਬਲ ਫੈਕਟਰ ਐਪਲੀਕੇਬਲ ਕਰਾਂਗੇ ਦੈਨ ਕੀ ਟੋਟਲ ਪ੍ਰੋਡਕਟ ਉਹ ਡਿਕਰੀਸ ਕਰਨਾ ਸਟਾਰਟ ਕਰ ਜਾਏਗਾ ਨੈਕਸਟ ਇਜ਼ ਮੋਸਟ ਐਫੀਸ਼ੀਐਂਟ ਯੂਟਿਲਾਈਜੇਸ਼ਨ ਆਫ ਦੀ ਵੇਰੀਏਬਲ ਫੈਕਟਰ As more and more of the variable factor is combined with the fixed factor a stage comes when there is best possible division of labor corresponding to which variable factor is most efficiently utilized jado fixed factor de naal variable factors nu combine karde jande jara to zyada ik is tarah di stage aandi hai ki jado division of labor possible ho janda jado division of labor possible ho janda te variable factors efficiently utilized hon lagde ha ਦੈਨ ਉਸ ਤੋਂ ਬਾਅਦ ਜਿਹੜਾ ਮਾਰਜਨਲ ਪ੍ਰੋਡਕਟ ਆ ਉਹ ਕਨਸਟੈਂਟ ਹੋ ਜਾਂਦਾ ਆ ਐਂਡ ਦੈਟ ਮੀਨਸ ਕਿ ਮੈਕਸਿਮਮ ਹੋ ਜਾਂਦਾ ਉਸ ਟਾਈਮ ਤੇ ਦੈਨ ਟੋਟਲ ਪ੍ਰੋਡਕਟ ਇਨਕਰੀਜ਼ਿੰਗ ਰੇਟ ਤੇ ਵਧਦਾ ਹੈ ਇਸ ਲਈ ਇਸ ਨੂੰ ਕਿਹਾ ਜਾਂਦਾ ਕਨਸਟੈਂਟ ਰਿਟਰਨ ਟੂ ਅ ਫੈਕਟਰ ਜਦੋਂ ਐਕਸ ਫਿਕਸਡ ਫੈਕਟਰ ਦੇ ਨਾਲ ਵੇਰੀਏਬਲ ਫੈਕਟਰ ਦੀ ਕੁਆਂਟੀਟੀ ਇਨਕਰੀਜ਼ ਕਰਨ ਦੇ ਨਾਲ ਦੈਟ ਮੀਨਸ ਕਿ ਇੱਕ ਐਕਸਟਰਾ ਲੇਬਰ ਲਗਾਉਣ ਦੇ ਨਾਲ ਟੋਟਲ ਪ੍ਰੋਡਕਸ਼ਨ ਵਿੱਚ ਇਨਕਰੀਜ਼ ਤਾਂ ਆਂਦਾ ਆ ਬਟ ਕਨਸਟੈਂਟ ਰੇਟ ਦੇ ਉੱਪਰ ਉਸ ਨੂੰ ਬੋਲਿਆ ਜਾਂਦਾ ਕਨਸਟੈਂਟ ਰਿਟਰਨ ਟੂ ਅ ਫੈਕਟਰ